ਸਤਿ ਸ਼੍ਰੀ ਅਕਾਲ ਦੋਸਤੋ ਸੁਖਮਨੀ ਇਮੀਗ੍ਰੇਸ਼ਨ ਸਰਵਿਸਿਜ਼ ਬ੍ਰੈਂਪਟਨ ਕੈਨੇਡਾ ਤੋਂ ਮੈਂ ਸਤਵਿੰਦਰ ਪਾਠੀਆ ਤੁਹਾਡਾ ਇਸ ਵੀਡੀਓ ਸਵਾਗਤ ਕਰਨਾ ਮੈਂ ਰੈਗੂਲੇਟਡ ਐਂਡ ਲਾਇਸੈਂਸਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ ਅੱਜ ਦਾ ਵੀਡੀਓ ਬਹੁਤ ਹੀ ਸਪੈਸ਼ਲ ਹੈ ਕਿਉਂਕਿ ਅੱਜ ਇੱਕ ਨਹੀਂ ਆਪਾਂ ਦੋ ਦੋ ਡਰਾਅ ਦੇ ਬਾਰੇ ਗੱਲ ਕਰਾਂਗੇ ਜਿਹੜੇ ਹੋਏ ਨੇ ਅਪ੍ਰੈਲ ਦੇ ਫਸਟ ਵੀਕ 'ਚ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਰਿਕੁਐਸਟ ਹੈ ਜੇ ਤੁਸੀਂ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ 'ਤੇ ਬਹੁਤ ਸਾਰੀਆਂ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਨਿਊਜ਼ ਅਪਡੇਟ ਟਿਪਸ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਨੇ ਆ ਅਤੇ ਜੇ ਤੁਹਾਨੂੰ ਵੀਡੀਓ ਪਸੰਦ ਆਏ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਆਪਣੇ ਫਰੈਂਡਸ ਔਰ ਫੈਮਿਲੀਜ਼ ਨਾਲ ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ ਸੋ ਬਿਨਾਂ ਹੋਰ ਦੇਰ ਕੀਤੇ ਹੋਇਆਂ ਸਟਾਰਟ ਕਰਨੇ ਆ ਅੱਜ ਦਾ ਵੀਡੀਓ ਅੱਜ ਦਾ ਵੀਡੀਓ ਹੈਗਾ ਹੈ ਕਿ ਦੋ ਪੀ ਐੱਨ ਪੀ ਡਰਾਅ ਹੋਏ ਨੇ ਟੂ ਪੀ ਐੱਨ ਪੀ ਡਰਾਅਸ ਫਸਟ ਵੀਕ ਆਫ ਅਪ੍ਰੈਲ ਫਸਟ ਵੀਕ ਆਫ ਅਪ੍ਰੈਲ ਦੇ ਵਿੱਚ ਟੂ ਪੀ ਐੱਨ ਪੀ ਡਰਾਅ ਹੋਏ ਨੇ ਡਰਾਅ ਦੇ ਬਾਰੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਪੁੱਟ ਅਪ ਕਰਨਾ ਚਾਹੁੰਦਾ ਤੁਹਾਡੇ ਸਭ ਕੋਲੋਂ ਸੋ ਕੁਐਸਚਨ ਬੜਾ ਸਿੰਪਲ ਜਿਹਾ ਹੈ ਵਾਈ 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 ਚੈੱਕ ਡਰਾਅ ਰਿਜ਼ਲਟਸ ਦੇਖਣੇ ਹੀ ਕਿਉਂ ਨੇ ਜਾਣਨਾ ਹੀ ਕਿਉਂ ਹੈ ਡਰਾਅ ਰਿਜ਼ਲਟ ਦੇ ਬਾਰੇ ਬੜਾ ਸਿੰਪਲ ਜਿਹਾ ਕੁਐਸਚਨ ਹੈ ਰਾਈਟ ਡਰਾਅ ਰਿਜ਼ਲਟ ਹੋਇਆ ਮੇਰਾ ਨੰਬਰ ਤਾਂ ਆਇਆ ਨਹੀਂ ਅਤੇ ਜੇ ਮੇਰਾ ਨੰਬਰ ਨਹੀਂ ਆਇਆ ਤਾਂ ਮੈਂ ਕੀ ਕਰਾਂ ਫਿਰ ਇਟਸ ਕਾਮਨ ਕੁਐਸਚਨ ਰਾਈਟ ਤੁਸੀਂ ਸੋਚ ਸਕਦੇ ਹੋ ਹੁਣ ਮੇਰਾ ਇੱਕ ਤੁਹਾਡੇ ਅੱਗੇ ਇੱਕ ਸਵਾਲ ਦਾ ਇਹਦਾ ਇੱਕ ਨਾਲ ਹੀ ਇਹਦੇ ਕੁਐਸਚਨ ਤੁਹਾਡੇ ਨਾਲ ਹੈਗਾ ਕਿ ਆਪਾਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਜਾਣਾ ਹੋਵੇ ਲਾਹੌਰ ਤੋਂ ਕਰਾਚੀ ਤੱਕ ਜਾਣਾ ਹੋਵੇ ਇੰਨੀ ਜਿਹਾ ਸਫ਼ਰ ਵੀ ਕਰਨਾ ਹੋਵੇ ਵਿਦ ਇਨ ਵਨ ਕੰਟਰੀ ਅਸੀਂ ਕਿੰਨੀ ਪਲੈਨਿੰਗ ਕਰਨੀ ਆ ਟ੍ਰੇਨ 'ਤੇ ਜਾਵਾਂਗੇ ਕਿ ਬੱਸ 'ਤੇ ਜਾਵਾਂਗੇ ਜੇ ਆਪਣੀ ਗੱਡੀ ਕਰਕੇ ਜਾਵਾਂਗੇ ਅਤੇ ਜੇ ਟ੍ਰੇਨ 'ਤੇ ਜਾਵਾਂਗੇ ਤਾਂ ਕਿਹੜੀ ਟ੍ਰੇਨ ਲਵਾਂਗੇ ਜੇ ਦਿੱਲੀ ਤੋਂ ਜਾਣਾ ਅੰਮ੍ਰਿਤਸਰ ਤੱਕ ਸ਼ਾਨੇ ਪੰਜਾਬ ਲਵਾਂਗੇ ਕਿ ਸ਼ਤਾਬਦੀ 'ਤੇ ਜਾਵਾਂਗੇ ਸਵੇਰੇ ਜਾਵਾਂਗੇ ਕਿ ਸ਼ਾਮੀ ਜਾਵਾਂਗੇ ਪਹਿਲੇ ਕੈਬ ਕਰਾਂਗੇ ਉੱਥੇ ਹੋਟਲ ਬੁੱਕ ਕਰਾਵਾਂਗੇ ਕਿ ਨਹੀਂ ਕਰਾਵਾਂਗੇ ਕਿ ਗੁਰਦੁਆਰੇ ਦੀ ਸਰਾਂ 'ਚ ਰਵਾਂਗੇ ਸੋ ਛੋਟੀ ਛੋਟੀ ਚੀਜ਼ਾਂ ਅਸੀਂ ਪਲੈਨ ਕਰਕੇ ਜਾਂਦੇ ਹਾਂ ਇੰਨੇ ਛੋਟੇ ਜਿਹੇ ਸਫ਼ਰ ਵਾਸਤੇ ਅਤੇ ਜੇ ਤੁਸੀਂ ਇੰਡੀਆ ਤੋਂ ਕੈਨੇਡਾ ਜਾਂ ਪਾਕਿਸਤਾਨ ਤੋਂ ਕੈਨੇਡਾ ਜਾਂ ਕਿਸੇ ਵੀ ਕੰਟਰੀ ਤੋਂ ਤੁਸੀਂ ਕੈਨੇਡਾ ਆਉਣਾ ਹੈ ਅਤੇ ਉਹਦੇ ਵਾਸਤੇ ਤੁਹਾਨੂੰ ਪਲੈਨਿੰਗ ਦੀ ਲੋੜ ਨਹੀਂ ਸੋਚ ਕੇ ਦੇਖੋ ਬਸ ਮੈਂ ਕੈਨੇਡਾ ਜਾਣਾ ਹੈ ਕਿਸ ਤਰ੍ਹਾਂ ਜਾਣਾ ਹੈ ਕੀ ਪਲੈਨਿੰਗ ਹੈ ਉਹ ਨਹੀਂ ਕਰਨੀ ਸੋ ਪਲੈਨਿੰਗ ਪਲੀਜ਼ ਬਹੁਤ ਇੰਪੋਰਟੈਂਟ ਹੈ ਉਹਦੇ ਵਾਸਤੇ ਤੁਹਾਨੂੰ ਪੂਰੀ ਅੰਡਰਸਟੈਂਡਿੰਗ ਚਾਹੀਦੀ ਹੈ ਕਿਉਂਕਿ ਇਹ ਚੀਜ਼ਾਂ ਸਟੈਟਿਕ ਨਹੀਂ ਹੈਗੀਆਂ ਪੀ ਐੱਨ ਪੀ ਦੇ ਰਿਜ਼ਲਟਸ ਚੇਂਜ ਹੁੰਦੇ ਰਹਿੰਦੇ ਨੇ ਪ੍ਰੋਗਰਾਮਸ ਚੇਂਜ ਹੁੰਦੇ ਰਹਿੰਦੇ ਨੇ ਉਹਨਾਂ ਦੀਆਂ ਰਿਕੁਆਇਰਮੈਂਟਸ ਬਦਲਦੀਆਂ ਰਹਿੰਦੀਆਂ ਨੇ ਉਸ ਹਿਸਾਬ ਨਾਲ ਰਿਜ਼ਲਟਸ ਵੀ ਬਦਲਦੇ ਰਹਿੰਦੇ ਨੇ ਉਹਦੇ ਹਿਸਾਬ ਨਾਲ ਤੁਹਾਨੂੰ ਆਪਣੇ ਆਪ ਨੂੰ ਚੇਂਜ ਕਰਨਾ ਜਦ ਤੁਸੀਂ ਦੇਖ ਰਹੇ ਹੋ ਕਿ ਐਕਸਪ੍ਰੈਸ ਐਂਟਰੀ 'ਚ ਵਾਰੀ ਨਹੀਂ ਆ ਰਹੀ ਤੁਸੀਂ ਪੀ ਐੱਨ ਪੀ ਦੇ ਵਿੱਚ ਆਪਸ਼ਨ ਦੇਖੋ ਪੀ ਐੱਨ ਪੀ 'ਚ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਪੀ ਐੱਨ ਪੀ 'ਚ ਪਰਟੀਕੁਲਰ ਪ੍ਰੋਵਿੰਸ 'ਚ ਕੋਈ ਚਾਂਸ ਬਣ ਸਕਦਾ ਉਹਦੇ 'ਚ ਟਰਾਈ ਕਰੋ ਸਿਰਫ ਬੈਠਣ ਨਾਲ ਇੱਕ ਜਗ੍ਹਾ 'ਤੇ ਸਿਰਫ ਇੰਤਜ਼ਾਰ ਕਰਨ ਨਾਲ ਆਈ ਡੋਂਟ ਥਿੰਕ ਸੋ ਕੁਛ ਖਾਸ ਭਲਾ ਹੋ ਸਕੇਗਾ ਸੋ ਪਲੀਜ਼ ਡਰਾਅ ਦੇ ਰਿਜ਼ਲਟਸ ਜਾਣਨੇ ਸਮਝਣੇ ਬਹੁਤ ਹੀ ਇੰਪੋਰਟੈਂਟ ਨੇ ਕਿਉਂਕਿ ਇਹ ਤੁਹਾਨੂੰ ਇੱਕ ਰਸਤਾ ਦਿੰਦੇ ਨੇ ਇੱਕ ਰੋਸ਼ਨੀ ਦਿੰਦੇ ਨੇ ਕਿ ਇੱਥੇ ਚੇਂਜਸ ਹੋ ਰਹੇ ਨੇ ਇਸ ਜਗ੍ਹਾ 'ਤੇ ਇਸ ਪ੍ਰੋਵਿੰਸ ਦੇ ਵਿੱਚ ਇਹ ਰਿਕੁਆਇਰਮੈਂਟ ਹੈ ਇਸ ਚੀਜ਼ 'ਤੇ ਡਰਾਅ ਆ ਰਹੇ ਨੇ ਕਿ ਮੈਂ ਇਸ 'ਤੇ ਮੈਚ ਕਰਨਾ ਵਾਂ ਅਗਰ ਮੈਂ ਮੈਚ ਕਰਨਾ ਵਾਂ ਤਾਂ ਮੈਂ ਟਰਾਈ ਕਰਾਂ ਇਹਦੇ ਵਿੱਚ ਸੋ ਇਹੀ ਬੇਸਿਕ ਪਰਪਸ ਹੈ ਡਰਾਅ ਦੇ ਰਿਜ਼ਲਟਸ ਨੂੰ ਦੇਖਣ ਦਾ ਠੀਕ ਹੈ ਤੁਹਾਡਾ ਨੰਬਰ ਨਹੀਂ ਆਇਆ ਕਿਉਂਕਿ ਤੁਸੀਂ ਨੰਬਰ ਲਾਇਆ ਹੀ ਨਹੀਂ ਉਸ ਪ੍ਰੋਵਿੰਸ 'ਚ ਇਸ ਕਰਕੇ ਨੰਬਰ ਆਇਆ ਹੀ ਨਹੀਂ ਓਕੇ ਸੋ ਹੁਣ ਗੱਲ ਕਰਨੀ ਆ ਦੋ ਪ੍ਰੋਵਿੰਸ ਜਿਹੜੇ ਕਿ ਜਿਹਦਾ ਰਿਜ਼ਲਟਸ ਆਏ ਨੇ ਪਹਿਲਾ ਪ੍ਰੋਵਿੰਸ ਹੈ ਬ੍ਰਿਟਿਸ਼ ਕੋਲੰਬੀਆ ਬੀ ਸੀ ਸ਼ੋਰਟ 'ਚ ਕਹਿੰਦੇ ਹਾਂ ਬੀ ਸੀ ਪੀ ਐੱਨ ਪੀ ਦਾ ਡਰਾਅ ਹੋਇਆ ਸੋ ਬੀ ਸੀ ਪੀ ਐੱਨ ਪੀ ਦਾ ਡਰਾਅ ਹੋਇਆ ਅਪ੍ਰੈਲ ਦੇ ਮਹੀਨੇ 'ਚ ਪਹਿਲਾ ਪਹਿਲਾ ਡਰਾਅ ਕੱਢਿਆ ਉਹਨਾਂ ਨੇ ਸੋ ਕੀ ਡਰਾਅ ਹੈਗਾ ਸੋ ਅਪ੍ਰੈਲ 5 ਨੂੰ ਇਹ ਡਰਾਅ ਹੋਇਆ ਇਹਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਦੋ ਕੈਟੇਗਰੀਜ਼ 'ਚ ਉਹਨਾਂ ਨੇ ਡਰਾਅ ਕੱਢਿਆ ਇੱਕ ਜਨਰਲ ਡਰਾਅ ਕੱਢਿਆ ਔਰ ਇੱਕ ਟਾਰਗੇਟਡ ਡਰਾਅ ਕੱਢਿਆ ਸੋ ਇਹ ਟਾਰਗੇਟਡ ਡਰਾਅ ਹੈ ਨਾ ਇਹਨੂੰ ਸਮਝਣਾ ਜ਼ਰੂਰੀ ਹੈ ਜਨਰਲ ਡਰਾਅ ਦੇ ਵਿੱਚ ਵੀ ਨੰਬਰ ਲੋਕਾਂ ਦਾ ਆਉਂਦਾ ਹੈਗਾ ਔਰ ਟਾਰਗੇਟਡ 'ਚ ਵੀ ਆਉਂਦਾ ਹੈਗਾ ਸੋ ਪਹਿਲੇ ਆਪਾਂ ਜਨਰਲ ਦੀ ਗੱਲ ਕਰ ਲੈਂਦੇ ਹਾਂ ਜਨਰਲ ਡਰਾਅ ਹੋਇਆ ਅਪ੍ਰੈਲ 5 ਨੂੰ ਰਾਈਟ 131 ਇਨਵੀਟੇਸ਼ਨ ਦਿੱਤੇ ਗਏ ਨੇ ਹੁਣ ਇਹਦੇ ਵਿੱਚ ਡਿਫਰੈਂਟ ਕੈਟੇਗਰੀਜ਼ ਨੇ ਮੈਂ ਕਾਫੀ ਵਾਰੀ ਬੀ ਸੀ ਦੀਆਂ ਕੈਟੇਗਰੀਜ਼ ਤੁਹਾਡੇ ਨਾਲ ਡਿਸਕਸ ਕਰ ਚੁੱਕਾ ਵਾਂ ਸੋ ਇਹ ਜਿਹੜਾ ਸਕੋਰ ਹੈ ਇਹ ਸੀ ਆਰ ਐੱਸ ਸਕੋਰ ਨਹੀਂ ਹੈ ਇਹ ਇਹਨਾਂ ਦਾ ਆਪਣਾ ਸਕਿੱਲਸ ਇਮੀਗ੍ਰੇਸ਼ਨ ਸਿਸਟਮ ਹੈਗਾ ਉਹਦਾ ਸਕੋਰ ਹੈ ਸੋ ਐੱਸ ਆਈ ਆਰ ਐੱਸ ਸਕੋਰ ਹੈ ਉਹਦੇ ਵਿੱਚੋਂ ਸਕੋਰ ਇਹ ਨਿਕਲ ਕੇ ਆਇਆ ਹੈਗਾ ਸੋ ਇਹ ਉਸ ਸਕੋਰ ਦੇ ਉੱਤੇ ਇਹ ਸਕੋਰ ਕੱਢਿਆ ਗਿਆ ਸੋ ਬਿਟਵੀਨ 77 ਟੂ 110 ਇਹ ਸਕੋਰ ਕੱਢਿਆ ਗਿਆ ਹੈਗਾ
ਉਹਦੇ ਵਿੱਚ ਇਹ ਨੰਬਰਸ ਆਏ ਨੇ ਸੋ 131 ਜਨਰਲ ਕੈਟੇਗਰੀ ਹੈਗੀ ਹੈ ਉਹਨਾਂ ਦੇ ਵਿੱਚ ਸਬ ਕੈਟੇਗਰੀਜ਼ ਨੇ ਸਕਿੱਲਡ ਵਰਕਰ ਹੈਗੀ ਹੈ ਸਕਿੱਲਡ ਵਰਕਰ EEBC ਦਾ ਮਤਲਬ ਹੈ ਐਕਸਪ੍ਰੈਸ ਐਂਟਰੀ BC ਇੰਟਰਨੈਸ਼ਨਲ ਗ੍ਰੈਜੂਏਟ ਹੈ ਇੰਟਰਨੈਸ਼ਨਲ ਗ੍ਰੈਜੂਏਟ EEBC ਹੈ ਫਿਰ ਐਂਟਰੀ ਲੈਵਲ ਹੈ ਔਰ ਸੈਮੀ ਸਕਿੱਲਡ ਲੈਵਲ ਹੈ ਸੋ ਅਗਲੀ ਗੱਲ ਕਰੀਏ ਤੇ ਜਿਹੜਾ ਟਾਰਗੇਟਿਡ ਡਰਾਅ ਹੈ ਸੋ ਟਾਰਗੇਟਿਡ ਡਰਾਅ ਹੋਇਆ ਹੈ ਉਹਦੇ ਵਿੱਚ ਚਾਰ ਕੈਟੇਗਰੀਜ਼ ਟਾਰਗੇਟ ਕੀਤੀਆਂ ਗਈਆਂ ਨੇ ਹੁਣ ਇਹ ਜਿਹੜੀ ਮੈਂ ਕੈਟੇਗਰੀ ਡਰਾਅ ਤੁਹਾਡੇ ਨਾਲ ਗੱਲ ਕਰਨ ਲੱਗਾ ਟਾਰਗੇਟ ਦੀ ਜਿਹੜੀ ਹੋਈ ਹੈ ਇਹ ਪਹਿਲੀ ਕੈਟੇਗਰੀ ਦੀ ਜਿਹੜੀ ਹੈਗੀ ਹੈ ਇਹ ਚਾਈਲਡ ਕੇਅਰ ਕੈਟੇਗਰੀ ਹੈ ਸੋ 4214 ਕੋਡ ਹੈ ਅਰਲੀ ਚਾਈਲਡ ਕੈਟੇਗਰੀ ਹੈ ECE ਕੈਟੇਗਰੀ ਕਹਿੰਦੇ ਨੇ ਸੋ ECE ਦਾ ਨੌਕ ਕੋਡ ਹੈ ਸੋ ਇਹ ਕਿਉਂ ਇੰਪੋਰਟੈਂਟ ਹੋ ਗਈ ਹੈ ਸੋ ਕੈਨੇਡਾ ਦੇ ਵਿੱਚ 2 ਕੁ ਦਿਨ ਪਹਿਲਾਂ ਬਜਟ ਪੇਸ਼ ਕੀਤਾ ਗਿਆ ਬਜਟ ਦੇ ਵਿੱਚ ਬਹੁਤ ਸਾਰਾ ਸਟ੍ਰੈਸ ਦਿੱਤਾ ਗਿਆ ਚਾਈਲਡ ਕੇਅਰ ਦੇ ਉੱਤੇ ਸੋ ਸਬਸਿਡਾਈਜ਼ ਕਰਨ 'ਤੇ ਓਨਟੈਰੀਓ 'ਚ ਵੀ ਸਬਸਿਡਾਈਜ਼ ਹੋ ਰਹੀ ਹੈ ਕੋਸਟ ਰਿਡਿਊਸ ਕਰਨ ਦੀ ਗੱਲ ਹੋ ਰਹੀ ਹੈ ਜਿੱਥੇ ਕਿ ਇਹ ਗੱਲ ਹੋ ਰਹੀ ਹੈ ਉੱਥੇ ਇਹਨਾਂ ਵਰਕਰਸ ਦੀ ਵੀ ਰਿਕੁਆਇਰਮੈਂਟ ਹੈ ਸੋ ਇਹ ਰਿਕੁਆਇਰਮੈਂਟ ਨੂੰ ਦੇਖਦਿਆਂ ਹੋਇਆਂ ਇਸ ਨੌਕ ਕੋਡ 'ਤੇ ਬਹੁਤ ਫੋਕਸ ਹੋ ਰਿਹਾ ਹੈ ਸੋ ਪਲੀਜ਼ ਅਗਰ ਤੁਸੀਂ ਇਸ ਨੌਕ ਕੋਡ 'ਚ ਬਿਲੋਂਗ ਕਰਦੇ ਹੋ ਤੁਹਾਡੇ ਚਾਂਸਿਸ ਹਾਇਰ ਨੇ ਹੁਣ ਅੱਗੇ ਦੇਖਦੇ ਹਾਂ ਟਾਰਗੇਟਿਡ ਨੌਕ ਕੋਡ ਚਾਈਲਡ ਕੇਅਰ ਵਾਸਤੇ 4214 43 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਔਰ ਇਹ ਪਿਛਲੇ 2-3 ਮਹੀਨਿਆਂ ਤੋਂ ਇਹ ਟ੍ਰੈਂਡ ਚੱਲ ਰਿਹਾ ਹੈ 2 ਕੁ ਮਹੀਨਿਆਂ ਤੋਂ ਇਹ ਟ੍ਰੈਂਡ ਚੱਲ ਰਿਹਾ ਹੈ ਔਰ ਇਹ ਕੰਟੀਨਿਊ ਰਹੇਗਾ ECE ਦਾ ਅਰਲੀ ਚਾਈਲਡਹੁੱਡ ਐਜੂਕੇਟਰਸ ਦਾ ਜਿਹੜਾ ਅਸੀਂ ਕਹਿੰਦੇ ਹਾਂ ECE ਦਾ ਟ੍ਰੈਂਡ ਕੰਟੀਨਿਊ ਰਹੇਗਾ ਸੋ ਅਗਰ ਤੁਸੀਂ ਇਸ ਕੈਟੇਗਰੀ 'ਚ ਹੋ ਬਹੁਤ ਅੱਛਾ ਚਾਂਸ ਹੈ ਇੱਥੇ ਅਗਲੀ ਗੱਲ ਕਰਦੇ ਹਾਂ 14 ਜਿਹੜੇ ਨੇ ਉਹ ਹੈਲਥ ਕੇਅਰ ਦੇ ਸੈਕਟਰ 'ਚ ਨੇ ਮੈਂ ਹਮੇਸ਼ਾ ਹੀ ਕਹਿੰਦਾ ਵਾਂ ਕਿ ਟੈਕ ਹੈਲਥ ਕੇਅਰ ਆਰ ਆਲਵੇਜ਼ ਇਨ ਡਿਮਾਂਡ ਇਨ ਕੈਨੇਡਾ ਸੋ ਇਫ ਯੂ ਬਿਲੋਂਗ ਟੂ ਅਗਰ ਤੁਸੀਂ ਹੈਗੇ ਹੋ IT ਸੈਕਟਰ ਦੇ ਵਿੱਚ ਹੈਲਥ ਕੇਅਰ ਸੈਕਟਰ ਦੇ ਵਿੱਚ ਬੈਸਟ ਟਾਈਮਿੰਗ ਟੂ ਅਪਲਾਈ ਇਨ ਕੈਨੇਡਾ ਤੁਹਾਨੂੰ ਕਿਧਰੇ ਨਾ ਕਿਧਰੇ ਕਿਸੇ ਨਾ ਕਿਸੇ ਪ੍ਰੋਵਿੰਸ ਦੇ ਵਿੱਚ ਜਾਂ ਫੈਡਰਲ ਲੈਵਲ 'ਤੇ ਕਿਧਰੇ ਨਾ ਕਿਤੇ ਤੁਹਾਡੀ ਜ਼ਰੂਰ ਵਾਰੀ ਆ ਜਾਏਗੀ ਸੋ ਅਗਲਾ ਜਿਹੜੀ ਕੈਟੇਗਰੀ ਹੈ ਹੈਲਥ ਕੇਅਰ ਅਸਿਸਟੈਂਟ ਦੀ ਕੈਟੇਗਰੀ ਹੈ ਨੌਕ 3413 ਲੈਸ ਦੈਨ 5 ਇਨਵਾਈਟ ਹੋਏ ਨੇ 5 ਤੋਂ ਘੱਟ ਲੋਕਾਂ ਨੇ ਇਨਕ 4 ਲੋਕਾਂ ਨੂੰ ਬੁਲਾਇਆ ਗਿਆ ਹੈਗਾ ਸੋ ਅਗਲੀ ਕੈਟੇਗਰੀ ਹੈਗੀ ਹੈ ਉਹ ਇਹ ਵੀ ਹੈਲਥ ਕੇਅਰ ਅਸਿਸਟੈਂਟ ਨੇ ਬਟ ਐਨੀਮਲ ਕੈਟੇਗਰੀ ਦੇ ਵਿੱਚ ਨੇ ਜਿਹਨਾਂ ਵਿੱਚ ਵੈਟਰਨਰੀ ਕੈਟੇਗਰੀ ਕਹਿ ਲੈਂਦੇ ਹੈ ਸੋ ਵੈਟਰਨਰੀ ਡਾਕਟਰਸ ਉਹ ਕੈਟੇਗਰੀ ਦੇ ਵਿੱਚ ਹੈਗੇ ਨੇ ਉਹਨਾਂ 'ਚ ਵੀ 4 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਤੁਸੀਂ ਟ੍ਰੈਂਡ ਦੇਖੋਗੇ ਇਹ ਪਿਛਲੀ ਵਾਰੀ ਵੀ ਇਹ ਟ੍ਰੈਂਡ ਸੀ ਇਹ ਇਸ ਵਾਰੀ ਵੀ ਇਹ ਟ੍ਰੈਂਡ ਸੋ ਬੇਸਡ ਔਨ ਦਾ ਰਿਕੁਆਇਰਮੈਂਟ ਪ੍ਰੋਵਿੰਸ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਟਾਰਗੇਟ ਕਰਦਾ ਹੈਗਾ ਅੱਗੇ ਗੱਲ ਕਰਨੀ ਆ ਸੋ ਇਹਦਾ ਹੀ ਫਰਦਰ ਐਨਾਲਿਸਿਸ ਹੈ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਟੋਟਲ 196 ਲੋਕਾਂ ਨੂੰ ਬੁਲਾਇਆ ਗਿਆ ਸੋ 196 ਲੋਕਾਂ ਦੇ ਵਿੱਚੋਂ 131 ਲੋਕ ਜਿਹੜੇ ਨੇ ਉਹ ਜਨਰਲ ਕੈਟੇਗਰੀ 'ਚ ਨੇ ਜੋ ਮੈਂ ਤੁਹਾਨੂੰ ਦੱਸਿਆ ਹੈਗਾ ਪਹਿਲੇ ਔਰ 65 ਜਿਹੜੇ ਨੇ ਉਹ ਟਾਰਗੇਟਿਡ ਡਰਾਅ ਦੇ ਕੈਟੇਗਰੀ ਦੇ ਵਿੱਚ ਨੇ ਜਿਹੜਾ ਟਾਰਗੇਟ ਕੀਤਾ ਗਿਆ ਹੈਗਾ ਅਰਲੀ ਚਾਈਲਡਹੁੱਡ ਐਜੂਕੇਟਰਸ ਯਾਨੀ ਕਿ 4214 ਕੈਟੇਗਰੀ ਦੇ ਵਿੱਚ 43 ਲੋਕਾਂ ਨੂੰ ਬੁਲਾਇਆ ਗਿਆ ਹੈ ਹੈਲਥ ਕੇਅਰ ਵਰਕਰਸ 14 ਬੁਲਾਏ ਗਏ ਨੇ 14 ਔਰ ਟਾਰਗੇਟਿਡ ਹੈਲਥ ਕੇਅਰ ਅਸਿਸਟੈਂਟ ਨੌਕ 3413 ਦੇ ਵਿੱਚ ਜਿਹੜਾ ਹੈਗਾ 4 ਲੋਕਾਂ ਨੂੰ ਬੁਲਾਇਆ ਗਿਆ ਹੈਗਾ ਓਕੂਪੇਸ਼ਨਲ ਕੈਟੇਗਰੀ ਦੇ ਵਿੱਚ ਜਿਹੜਾ ਹੈਗਾ 3114 ਕੈਟੇਗਰੀ ਦੇ ਵਿੱਚ ਅਗੇਨ ਤੁਹਾਨੂੰ 4 ਲੋਕਾਂ ਨੂੰ ਬੁਲਾਇਆ ਗਿਆ ਸੋ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ BC 'ਚ ਹੋਈਆਂ ਨੇ ਸੋ ਹੁਣ BC ਦੀ ਇੱਕ ਸਨੈਪਸ਼ੋਟ ਵੀ ਦੇਖ ਲਈਏ ਕਿ ਹੁਣ ਤੱਕ 2022 'ਚ BC ਕਿੰਨੇ ਲੋਕਾਂ ਨੂੰ ਬੁਲਾ ਚੁੱਕਾ ਹੈ PNP 'ਚ ਸੋ ਇਹ ਦੇਖਣਾ ਵੀ ਜ਼ਰੂਰੀ ਹੈ ਸੋ ਅਗਰ ਗੱਲ ਕਰੀਏ ਤਾਂ ਇਹ ਸਟੇਟਸ ਹੈ ਜੀ ਹੁਣ ਤੱਕ ਦਾ ਸੋ ਜਨਵਰੀ ਦੇ ਵਿੱਚ 714 ਲੋਕ ਫੈਬਰਰੀ ਦੇ ਵਿੱਚ 624 ਮਾਰਚ ਦੇ ਵਿੱਚ 929 ਲੋਕ ਔਰ ਅਪ੍ਰੈਲ ਦਾ ਮਹੀਨਾ ਹਜੇ ਪਹਿਲਾ ਡਰਾਅ ਕੱਢਿਆ ਇਹਨਾਂ ਨੇ ਇੱਕ ਡਰਾਅ ਹੋਇਆ ਔਰ 196 ਲੋਕਾਂ ਨੂੰ ਬੁਲਾ ਦਿੱਤਾ ਗਿਆ ਹੈ ਹੁਣ ਤੱਕ ਜੇ ਟੋਟਲ ਲਾਇਆ ਜਾਏ ਤਾਂ 2463 ਲੋਕਾਂ ਨੂੰ ਬੁਲਾ ਚੁੱਕੀ ਹੈ BC ਦੇ ਵਿੱਚ ਬੁਲਾਇਆ ਗਿਆ ਹੈ ਹੁਣ ਗੱਲ ਕਰਨੇ ਆ ਮੈਨੀਟੋਬਾ ਦੀ ਦੂਜਾ ਪ੍ਰੋਵਿੰਸ ਸੋ ਮੈਨੀਟੋਬਾ PNP ਡਰਾਅ ਸੋ ਮੈਨੀਟੋਬਾ PNP ਡਰਾਅ ਦੇ ਵਿੱਚ ਕੀ ਹੋਇਆ ਜੀ ਅਪ੍ਰੈਲ 7 ਨੂੰ ਹੋਇਆ ਹੈ ਡਰਾਅ ਸੋ ਅਪ੍ਰੈਲ 7 ਨੂੰ ਇਹ ਡਰਾਅ ਹੋਇਆ ਹੈਗਾ ਅਤੇ ਇਹਦੇ ਵਿੱਚ ਇੱਥੇ ਇਨਵਾਈਟ ਨਹੀਂ ਕਹਿੰਦੇ ਇਹ ਲੋਕ ਜਿਹੜਾ ਹੈਗਾ ਇਹਨੂੰ ਲੈਟਰ ਆਫ ਐਡਵਾਈਸ ਟੂ ਅਪਲਾਈ LAA ਮਤਲਬ ਹੋਈ ਹੈ ਸੋ ਜਿਹੜਾ ਹੈਗਾ ਇਹਦੇ ਵਿੱਚ ਟੋਟਲ ਜਿਹੜੇ ਬੁਲਾਏ ਗਏ ਨੇ 223 ਲੋਕ ਬੁਲਾਏ ਗਏ ਨੇ ਫੋਰ ਅਪ੍ਰੈਲ 7 223 ਲੋਕਾਂ ਦੇ ਵਿੱਚੋਂ ਅਗਰ ਦੇਖਿਆ ਜਾਏ ਤਾਂ ਸਕਿੱਲਡ ਵਰਕਰਸ ਇਨ ਮੈਨੀਟੋਬਾ ਜਿਹੜੇ ਨੇ 156 ਨੇ
156, 33 जड़े ने स्किल्ड वर्कर ओवरसीज ने और 34 जड़े ने इंटरनेशनल टू एजुकेशन स्ट्रीम दे जड़े हैगे ने ओ 34 हैगे ने। सो 223 जिस तरह की मैं तुम दस्या लैटर ऑफ एडवाइस टू अप्लाई मतलब इनविटेशन 223 दे विचों जड़ा हैगा एक बहुत इंपॉर्टेंट गल है। कई सारे लोग कहते हैं एक्सप्रेस एंट्री का ड्रॉ नहीं हो रहा, एक्सप्रेस एंट्री का ड्रॉ नहीं हो रहा तो मैं प्रोफाइल क्यों बनावा, बहुत लॉजिकल क्वेश्चन है। जे तुसी प्रोफाइल नहीं बनाओगे तो पीएनपी च भी नंबर नहीं आएगा क्योंकि पीएनपी बहुत सारी टाई अप है एक्सप्रेस एंट्री के नाम। ठीक है थोड़ा एक्सप्रेस एंट्री च नंबर नहीं आ रहा, एक्सप्रेस एंट्री च प्रोफाइल बनाओ, एक्सप्रेस एंट्री च प्रोफाइल बनाओ ताकि पीएनपी च नंबर आ सके क्योंकि पीएनपी बहुत सारा फैडरल दे एक्सप्रेस एंट्री दे नाल टाइड अप है। इस केस का सामने प्रूफ थोड़े हैगा है कि इन्होंने किया है कि 223 लोगों के विचों 30 लोग ऐसे सी जिन्हां दी ऑलरेडी एक्सप्रेस एंट्री च प्रोफाइल सी और उन्हां कोल जॉब सीकर वैलिडेशन कोड हैगा सी। सो नैक्सट गल करने हैं कि मैनिटोबा का पीएनपी ड्रॉ जिहड़ा होया है वो स्क्रीनशॉट भी हैगी है वास्ते, मैं लिंक जिहड़ा डिस्क्रिप्शन च पा देंगा, तुसी खुद भी यह सारी डिटेल्स चैक कर सकते हो। सो मैनिटोबा पीएनपी की कैटेगरीज अगर असी क्विकली देख लईए तो 3 कैटेगरीज हैगियां ने, स्किल्ड वर्कर स्ट्रीम है, इंटरनेशनल एजुकेशन स्ट्रीम है और बिजनेस या एंटरप्रेन्योर स्ट्रीम जिहड़ा हैगा है। सो स्किल्ड वर्कर स्ट्रीम जिहड़ा हैगा है मैनिटोबा स्किल्ड वर्कर इन मैनिटोबा, स्किल्ड वर्कर ओवरसीज, इंटरनेशनल एजुकेशन स्ट्रीम जिहड़ा हैगा है उहदे अंदर कैरियर इंप्लॉयमेंट है, ग्रेजुएट इंटर्नशिप हैगी है और लास्टली स्टूडेंट एंटरप्रेन्योर है। बिजनेस जो कि हमेशा ही मैं कहना एंटरप्रेन्योर्स या इन्वेस्टर्स या बिजनेसमैन कैनेडा की इकोनमी वास्ते बहुत बहुत इंपॉर्टेंट ने और उन्नी को ही इंपॉर्टेंस ना केवल उन्होंने फैडरल लैवल पर मिलती है बट उन्होंने प्रोविंशियल लैवल पर भी बहुत इंपॉर्टेंस मिलती है। सो दोनों जगह पर बहुत इंपॉर्टेंस है और ऐसे करके दोनों जगह पर प्रोग्राम्स भी है। सो अगर मैनिटोबा की गल करिए तो 2 प्रोग्राम मैनिटोबा रन करता है, पहला जो एंटरप्रेन्योर स्ट्रीम है, दूजा फॉर्म इन्वेस्टर स्ट्रीम है। सो ये सारिया कैटेगरीज ने जिदे विच हुन ड्रॉ होया है, मैं तुम दस ही चुका वहां कि स्किल्ड वर्कर इन मैनिटोबा, स्किल्ड वर्कर ओवरसीज, इंटरनेशनल एजुकेशन स्ट्रीम ये ड्रॉ हुए ने। अगर मैनिटोबा की पॉइंट्स ग्रिड देख लीए तो मैं पहले भी तुम दसिया सी, एक बार फिर मैं तुम दसना चाहना मैनिटोबा की पॉइंट्स ग्रिड दे विच नैगेटिव मार्किंग होंदी है। सो अगर तुसी मैनिटोबा चो नहीं पढ़ाई की या मैनिटोबा तुहाडा वर्क एक्सपीरियंस नहीं है, बजाय कि पॉइंट्स मिलन दे पॉइंट्स चले जाते हैं। सो ये जी रिस्क असैसमेंट है वह करते हैं, वो 200 पॉइंट तक चले भी जाते हैं। सो ठीक तरह अपनी प्रोफाइल बनाओ नहीं तो मार्क्स मिलन की बजाय मार्क्स चले जाते हैं। सो ये जेडे इंपॉर्टेंट चीज़ है मैं जरूर दसना चाहना, हर बारी कहना वा। और लास्टली मैनिटोबा की स्नैपशॉट देख लीए कि हूँ तक 2022 हूँ तक मैनिटोबा किन्ने लोग बुला चुका है। सो हूँ तक अगर देखा जाए तो मैनिटोबा टोटल 1930 करीब करीब 2000 के करीब लोग बुला चुका है मैनिटोबा। सो अप्रैल के महीने के विच पहला ड्रॉ है, हजे अप्रैल का महीना खत्म बिल्कुल नहीं होया, हजे शुरू ही होया। सो होर चांसिस ने होर ड्रॉ आन दे, सेम इस बीसी का है, बीसी के भी होर ड्रॉ आन गए डेफिनेटली। सो अगर किसी नूं होर कोई भी क्वेश्चन किसी रिलेटिड इमीग्रेशन का, वीज़ा का, कैनेडियन पीएनपी का कुछ भी तुहानूं इहो जिहा कोई क्वेश्चन है तुसीं साडे ऑफिस कॉन्टैक्ट कर सकते हो। साडा ऑफिस जिहड़ा हैगा ब्रैम्पटन दे विच है, ईमेल आई डी फोन नंबरस तुहाडे कोल इत्थे लिस्टिड ने। सो लास्टली जे तुसीं चैनल हुण तक सबसक्राइब नहीं किया प्लीज़ चैनल जरूर सबसक्राइब करो। सो वंस अगेन थैंक यू वेरी मच फॉर वॉचिंग द वीडियो, थैंक यू।